ਦਵਿੰਦਰ ਸਿੰਘ ਸੇਖਾ ਦਾ ਨਾਵਲ ਪੌ ਫੁਟਾਲੇ ਦਾ 13ਵਾਂ ਅੰਗ। ਮੁਸੀਬਤ ਕਦੇ ਵੀ ਇਕੱਲੀ ਨਹੀਂ ਆਉਂਦੀ, ਨਾਲ ਦੁੱਖਾਂ ਦੇ ਢੇਰ ਲੈ ਕੇ ਆਉਂਦੀ ਹੈ। ਇਹੋ ਹਾਲਤ ਚੰਨੀ ਦੀ ਹੋ ਰਹੀ ਸੀ। ਅਜੇ ਭਰਾ ਦੀ ਮੌਤ ਦਾ ਦੁੱਖ ਘਟਿਆ ਨਹੀਂ ਸੀ ਕਿ ਬਾਪੂ ਚੱਲ ਵਸਿਆ। ਭਰੀ ਦੁਨੀਆ 'ਚ ਇਕੱਲੀ ਰਹਿ ਗਈ ਚੰਨੀ। ਦਿਨ ਰਾਤ ਉਹਦੀਆਂ ਅੱਖਾਂ ਨਾ ਸੁੱਕਦੀਆਂ। ਉਹਦੀ ਸਮਝ 'ਚ ਨਹੀਂ ਸੀ ਆ ਰਿਹਾ ਵੀ ਹੋ ਕੀ ਗਿਆ। ਭਾਂ ਭਾਂ ਕਰਦੇ ਘਰ 'ਚ ਇਕੱਲੀ ਕੁੜੀ ਦਾ ਰਹਿਣਾ ਕਿੰਨਾ ਔਖਾ ਹੈ, ਇਹ ਚੰਨੀ ਜਾਣਦੀ ਸੀ। ਚੰਨੀ ਦੇ ਬਾਪੂ ਦੀ ਮੌਤ ਬਾਰੇ ਸੁਣ ਕੇ ਸ਼ਾਮੋਂ ਵੀ ਆਈ, ਪਰ ਉਹ ਕਰ ਵੀ ਕੀ ਸਕਦੀ ਸੀ, ਸਿਰਫ ਅਫਸੋਸ ਉਹਨੇ ਕੀਤਾ, ਚਲੀ ਗਈ। ਸ਼ਾਮੋਂ ਦੇ ਆਉਣ ਨਾਲ ਚੰਨੀ ਦੇ ਦਿਲ ਨੂੰ ਕਾਫੀ ਧਰਵਾਸ ਮਿਲਿਆ। ਉਹਦਾ ਦਿਲ ਕਰਦਾ ਸੀ ਸ਼ਾਮੋਂ ਉਸ ਕੋਲ ਹੀ ਰਹਿ ਪਵੇ, ਪਰ ਅਜਿਹਾ ਹੋ ਨਹੀਂ ਸੀ ਸਕਦਾ। ਸ਼ਾਮੋਂ ਵੀ ਮਜਬੂਰ ਸੀ। ਹੁਣ ਚੰਨੀ ਨੂੰ ਤਾਈ ਨੰਦ ਕੌਰ ਦਾ ਹੀ ਆਸਰਾ ਸੀ, ਜਾਂ ਕਦੇ ਕਦਾਈਂ ਪ੍ਰੀਤ ਗੇੜਾ ਮਾਰ ਜਾਂਦੀ। ਨੰਦ ਕੌਰ ਤਾਂ ਚਾਹੁੰਦੀ ਸੀ ਜਦੋਂ ਤੱਕ ਚੰਨੀ ਦਾ ਵਿਆਹ ਨਹੀਂ ਹੋ ਜਾਂਦਾ ਉਸ ਕੋਲ ਹੀ ਰਹੇ, ਪਰ ਚੰਨੀ ਨਾ ਮੰਨੀ। ਧੀਏ ਸੁਣੇ, ਘਰ 'ਚ ਇਕੱਲੀ ਦਾ ਕਿਵੇਂ ਜੀ ਲੱਗੂ, ਮੇਰੀ ਮੰਨੇ ਤਾਂ ਤੂੰ ਮੇਰੇ ਕੋਲ ਰਹਿ। ਤਾਈ ਨੰਦ ਕੌਰ ਨੇ ਕਿਹਾ ਸੀ, ਹੁਣ ਤੂੰ ਜਮ੍ਹਾਂ ਹੀ ਫਿਕਰ ਨਾ ਕਰ, ਮੈਂ ਜਾਊਂਗੀ ਤੇਰੇ ਸਹੁਰੀ, ਆਖੂੰਗੀ ਉਹਨਾਂ ਨੂੰ, ਹੋਰ ਮਹੀਨੇ ਤੱਕ ਵਿਆਹ ਕਰ ਲੈਣਗੇ। ਮੇਰਾ ਅੱਖਾਂ ਨਹੀਂ ਮੋੜਦੇ, ਬਥੇਰੇ ਚੰਗੇ ਆ। ਤਾਈ ਮੇਰਾ ਮਨ ਨਹੀਂ ਮੰਨਦਾ, ਜਿੰਨਾ ਚਿਰ ਇੱਥੇ ਆ ਉਨਾ ਚਿਰ ਤਾਂ ਦਰ ਖੁੱਲ੍ਹਾ ਰਹੇ, ਫਿਰ ਤਾਂ ਜਿੰਦੇ ਨੂੰ ਜੰਗ ਨੇ ਖਾਈ ਜਾਣਾ, ਕਹਿੰਦੀ ਚੰਨੀ ਦੀਆਂ ਅੱਖਾਂ ਭਰ ਆਈਆਂ। ਮੈਂ ਤਾਂ ਚੰਨੋ ਤੇਰੇ ਕਰਕੇ ਆਉਂਦੀ ਸੀ, ਜਨਾਨੀ ਤਾਂ ਆਉਂਦੇ ਮਿੱਟੀ ਦੀ ਨਹੀਂ ਮਾਣ ਹੁੰਦੀ, ਤੂੰ ਤਾਂ ਹੱਡ ਚੰਮ ਦੀ ਬਣੀ ਆ, ਸੌ ਦੁੱਖ ਤਕਲੀਫ ਹੁੰਦੀ ਹੈ। ਤਾਈ ਜੇ ਉਹਨਾਂ ਨੇ ਕਿਤੇ ਜਵਾਬ ਦੇ ਦਿੱਤਾ, ਮੇਰੇ ਕੋਲ ਦਾਜ ਦੂਜ ਤਾਂ ਹੈ ਨਹੀਂ ਲਿਜਾਣ ਨੂੰ, ਤੂੰ ਐਵੇਂ ਝੋਰਾ ਨਾ ਕਰ, ਮੈਂ ਆਪੇ ਸਮਝੂ ਸਾਰਾ ਕੁਛ। ਉਹਨਾਂ ਨੂੰ ਕਿਹੜਾ ਸਮਝ ਹੈ ਨਹੀਂ, ਨਾਲੇ ਮੇਰੀ ਤੂੰ ਧੀ ਤਾਂ ਹੈ, ਮੈਂ ਆਪੇ ਕਰ ਲੂੰ ਬਣਦਾ ਸਰਦਾ। ਤਾਈ ਨੰਦ ਕੌਰ ਦੀਆਂ ਗੱਲਾਂ ਸੁਣ ਕੇ ਚੰਨੀ ਦੇ ਮਨ ਨੂੰ ਕੁਛ ਧਰਵਾਸ ਮਿਲਦਾ। ਤਾਈ ਦੇ ਕਹਿਣ ਅਨੁਸਾਰ ਭਾਵੇਂ ਹੋਰ ਮਹੀਨੇ ਨੂੰ ਉਹਦਾ ਵਿਆਹ ਹੋ ਜਾਏ, ਪਰ ਮਹੀਨਾ ਕੱਢਣਾ ਕਿਹੜਾ ਸੌਖਾ ਸੀ। ਖਾਣ ਪੀਣ ਨੂੰ ਕਿੱਥੋਂ ਆਵੇ, ਅੱਗੇ ਤਾਂ ਚਾਰੂ ਕਮਾਉਂਦਾ ਸੀ, ਕਦੇ ਪੱਕੀਆਂ ਪਕਾਈਆਂ ਵੀ ਮਿਲ ਜਾਂਦੀਆਂ, ਨਹੀਂ ਪਕਾਉਣ ਤਾਂ ਮਿਲਦਾ ਹੀ ਸੀ, ਪਰ ਹੁਣ ਤਾਂ ਕਰਨ ਵਾਲਾ ਵੀ ਕੋਈ ਨਹੀਂ ਸੀ। ਚਾਰੂ ਦੇ ਮਰਨ 'ਤੇ ਆਇਆ ਸਰਦਾਰ ਉਹਨੂੰ ਧਰਵਾਸ ਤਾਂ ਬਹੁਤ ਦਿੰਦਾ ਸੀ, ਅਖੇ ਚਾਰੂ ਦੇ ਮਰਨ ਨਾਲ ਮੇਰੀ ਤਾਂ ਬਾਂਹ ਟੁੱਟ ਗਈ, ਤੂੰ ਕੋਈ ਫਿਕਰ ਨਾ ਕਰੀਂ, ਕੱਲ੍ਹ ਤੋਂ ਆ ਜਾਈਂ, ਗੋਹਾ ਕੂੜਾ ਤੂੰ ਹੀ ਕਰਨਾ, ਤੇਰੇ ਹੁੰਦਿਆਂ ਅਸੀਂ ਕਿਸੇ ਹੋਰ ਨਾਲ ਗੱਲ ਨਹੀਂ ਕਰਨੀ। ਜਦੋਂ ਦਾ ਰੁਲਦੂ ਦੇ ਦਾਖਲੇ ਵਾਸਤੇ ਉਹਨੇ ਪੈਸੇ ਦਿੱਤੇ ਸੀ, ਚੰਨੀ ਦੇ ਮਨ 'ਚ ਉਹਦੀ ਇੱਜ਼ਤ ਬਣ ਗਈ ਸੀ। ਉਹ ਨਹੀਂ ਸੀ ਜਾਣਦੀ ਵੀ ਚਾਰੂ ਨੇ ਉਸ ਕੋਲ ਝੂਠ ਹੀ ਬੋਲਿਆ ਸੀ। ਚਾਰੂ ਦੀਆਂ ਲਹੂ ਵੇਚਣ ਦੀਆਂ ਗੱਲਾਂ ਦੀ ਤਾਂ ਉਹਨੂੰ ਸਮਝ ਹੀ ਨਹੀਂ ਸੀ ਆਈ, ਉਹ ਸਮਝਦੀ ਸੀ ਕਿ ਪੁੱਤਰ ਦੇ ਗਮ 'ਚ ਉਹ ਅਜਿਹੀ ਬਕੜਵਾਹ ਕਰ ਰਿਹਾ ਹੈ, ਇਸ ਲਈ ਉਹ ਗੋਹਾ ਕੂੜਾ ਕਰਨ ਜਾਣ ਲੱਗ ਪਈ। ਪਹਿਲੇ ਦਿਨ ਸਰਦਾਰਨੀ ਬਚਿੰਤ ਕੌਰ ਨੇ ਉਸ ਨਾਲ ਬੜਾ ਮੋਹ ਕੀਤਾ, ਉਹਨੂੰ ਲੱਗਿਆ ਜਿਵੇਂ ਉਸ ਲਈ ਰੱਬ ਬੌੜ ਪਿਆ ਹੋਵੇ। ਬਚਿੰਤ ਕੌਰ ਨੇ ਉਹਨੂੰ ਸਾਰਾ ਕੰਮ ਆਪ ਸਮਝਾਇਆ। ਸਰਦਾਰ ਨੇ ਜਦੋਂ ਦਾ ਜਵਾਨ ਹੋਈ ਚੰਨੀ ਨੂੰ ਵੇਖਿਆ ਸੀ, ਉਹਦੇ ਦਿਮਾਗ 'ਤੇ ਉਸੇ ਦੀ ਤਸਵੀਰ ਛਾਈ ਰਹਿੰਦੀ। ਚੰਨੀ ਦੇ ਨੀਲੇ ਰੰਗ ਅਤੇ ਉੱਠ ਉੱਠ ਪੈਂਦੇ ਨੈਣ ਨਕਸ਼ ਉਹਦੇ ਦਿਲ 'ਚ ਖੁੱਭ ਗਏ ਸੀ। ਉਹਨੇ ਹੋਰ ਵੀ ਕਈ ਘਾਟਾਂ ਦਾ ਪਾਣੀ ਪੀਤਾ ਸੀ, ਪਰ ਇਹ ਘਾਟ ਤਾਂ ਉਹ ਤੋਂ ਅਜੇ ਤੱਕ ਲੁਕਿਆ ਹੀ ਰਿਹਾ ਸੀ। ਉਹ ਜਿਉਂ ਜਿਉਂ ਚੰਨੀ ਨੂੰ ਵੇਖਦਾ ਉਹਦਾ ਦਿਲ ਤਰਲੋ ਮੱਛੀ ਹੋਣ ਲੱਗਦਾ। ਉਹਨੂੰ ਇਉਂ ਮਹਿਸੂਸ ਹੋਣ ਲੱਗਦਾ ਜਿਵੇਂ ਕਿਸੇ ਪਿਆਸੇ ਆਦਮੀ ਨੂੰ ਕਿਸੇ ਦਰਖਤ ਨਾਲ ਬੰਨਿਆ ਹੋਵੇ ਅਤੇ ਖੂਹ ਬਿਲਕੁਲ ਉਹਦੇ ਪੈਰਾਂ 'ਚ ਹੋਵੇ। ਸਾਰਾ ਦਿਨ ਉਹਦਾ ਦਿਮਾਗ ਕਿਸੇ ਭੰਨ ਤੋੜ 'ਚ ਲੱਗਿਆ ਰਹਿੰਦਾ, ਕਈ ਤਰਕੀਬਾਂ ਬਣਾਉਂਦਾ ਪਰ ਆਪ ਹੀ ਢਾਹ ਦਿੰਦਾ। ਪਹਿਲਾਂ ਤਾਂ ਥਾਣੇਦਾਰ ਨੂੰ ਦਿੱਤਾ 2000, ਉਹਨੂੰ ਬਹੁਤ ਚੁਭਿਆ ਸੀ, ਪਰ ਹੁਣ ਉਹਨੂੰ ਸੌਦਾ ਸਸਤਾ ਮਹਿਸੂਸ ਹੋ ਰਿਹਾ ਸੀ। ਦੋ ਦਿਨ 'ਚ ਹੀ ਚੰਨੀ ਦੀ ਜੱਕ ਖੁੱਲ੍ਹ ਗਈ। ਪਹਿਲਾਂ ਤਾਂ ਉਹ ਅੰਦਰ ਪੈਰ ਰੱਖਦੀ ਜੱਕਦੀ ਸੀ, ਪਰ ਹੁਣ ਉਹਦਾ ਉੱਪਰਾਪਣ ਜਿਹਾ ਜਾਂਦਾ ਰਿਹਾ। ਉਹ ਬੇਧੜਕ ਅੰਦਰ ਆ ਵੜਦੀ, ਆਪਣੇ ਆਪ ਹੀ ਕੰਮ ਕਰਨ ਲੱਗ ਪੈਂਦੀ। ਇੱਕ ਹਫ਼ਤਾ ਬੀਤ ਗਿਆ, ਇਹ ਹਫ਼ਤਾ ਜਿਵੇਂ ਸਰਦਾਰ ਲਈ ਇੱਕ ਸਦੀ ਬਣ ਗਿਆ ਹੋਵੇ। ਉਹਨੇ ਚੰਨੀ ਤੱਕ ਪਹੁੰਚਣ ਲਈ ਸਕੀਮਾਂ ਦੇ ਕਈ ਪੁਲ ਬਣਾਏ, ਪਰ ਕਿਸੇ 'ਤੇ ਵੀ ਤੁਰ ਨਾ ਸਕਿਆ। ਪਰ ਇੱਕ ਦਿਨ ਉਹਦੀ ਜਿਵੇਂ ਕਿਸਮਤ ਜਾਗ ਪਈ ਹੋਵੇ। ਉਹਦੇ ਸਾਲੇ ਦੇ ਘਰ ਮੁੰਡੇ ਨੇ ਜਨਮ ਲਿਆ, ਜਿਹਨੂੰ ਵੇਖਣ ਲਈ ਉਹਨਾਂ ਨੇ ਜਾਣਾ ਸੀ। ਸਰਦਾਰ ਨੇ ਕੋਈ ਬਹਾਨਾ ਬਣਾ ਕੇ ਬਚਿੰਤ ਕੌਰ ਅਤੇ ਹਰਦੇਵ ਨੂੰ ਤੋਰ ਦਿੱਤਾ, ਪਰ ਆਪ ਘਰ ਹੀ ਰਹਿ ਪਿਆ। ਚੰਨੀ ਜਦ ਦੁਪਹਿਰ ਨੂੰ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਆਈ ਤਾਂ ਘਰ 'ਚ ਕੋਈ ਨਜ਼ਰ ਨਾ ਆਇਆ, ਕਿਤੇ ਆਸੇ ਪਾਸੇ ਜਾਂ ਅੰਦਰ ਹੋਣਗੇ, ਸੋਚ ਕੇ ਚੰਨੀ ਇੱਕ ਬਾਲਟੀ 'ਚ ਪਾਣੀ ਗੇੜਨ ਲੱਗ ਪਈ। ਬਾਹਰੋਂ ਉਹਨੂੰ ਦਰਵਾਜ਼ੇ ਦੇ ਚੀਕਣ ਦੀ ਆਵਾਜ਼ ਆਈ, ਪਰ ਉਹਨੇ ਕੋਈ ਧਿਆਨ ਨਾ ਦਿੱਤਾ। ਕੁਛ ਚਿਰ ਮਗਰੋਂ ਸਰਦਾਰ ਅੰਦਰ ਵੜਿਆ, ਸਿੱਧਾ ਸਾਹਮਣੇ ਕਮਰੇ ਅੰਦਰ ਚਲਾ ਗਿਆ, ਜਾਂਦਾ ਹੋਇਆ ਚੰਨੀ ਨੂੰ ਵੀ ਆਵਾਜ਼ ਮਾਰ ਗਿਆ। ਚੰਨੀ ਦੇ ਮਨ 'ਚ ਕੋਈ ਮੈਲ ਨਹੀਂ ਸੀ, ਜਿਸ ਕਾਰਨ ਉਹ ਬੇਧੜਕ ਕਮਰੇ ਦੇ ਦਰਵਾਜ਼ੇ ਮੂਹਰੇ ਜਾ ਖੜੀ। ਕੀ ਆ ਚਾਚਾ? ਚਾਰੂ ਦੇ ਹਾਣ ਦਾ ਹੋਣ ਕਾਰਨ ਉਹ ਉਹਨੂੰ ਚਾਚਾ ਹੀ ਕਹਿੰਦੀ ਸੀ। ਅੰਦਰ ਆ, ਤੇਰੇ ਨਾਲ ਇੱਕ ਗੱਲ ਕਰਨੀ ਸੀ। ਚੰਨੀ ਅੰਦਰ ਚਲੀ ਗਈ, ਪਰ ਉਹਦਾ ਦਿਲ ਕੁਝ ਡਰ ਜਿਹਾ ਗਿਆ। ਬਹਿ ਜਾ ਮੰਜੇ 'ਤੇ। ਜੱਕਦੀ ਕਿਉਂ ਹੈ? ਸਰਦਾਰ ਦੀ ਗੱਲ ਸੁਣ ਕੇ ਚੰਨੀ ਜੱਕਦੀ ਜੱਕਦੀ ਮੰਜੇ ਦੀ ਬਾਹੀ 'ਤੇ ਬੈਠ ਗਈ। ਸਰਦਾਰ ਨੂੰ ਕੁਛ ਔੜਦਾ ਨਹੀਂ ਸੀ ਵੀ ਕੀ ਗੱਲ ਕਰੇ। ਕੁਛ ਦੇਰ ਉਹ ਸੋਚਦਾ ਰਿਹਾ। ਤੇਰਾ ਬਾਪੂ ਤਾਂ ਬੜਾ ਭਲਾਵਾਨ ਸੀ, ਇਸੇ ਕਰਕੇ ਤੇਰੀ ਜ਼ਿੰਮੇਵਾਰੀ ਵੀ ਮੈਨੂੰ ਸਾਂਭਣੀ ਪਈ। ਉਹਨੇ ਮੈਥੋਂ
2000 रुपया लिया सी, तैनू दस ही गया होना। उहदी गल सुन के चन्नी जिवें हड़बड़ा उठी, नहीं मैनू तां दस्या नहीं, सानू तां बापू सारा कुछ दस दिंदा सी, केरां 80 रुपए लै के गया सी बीर दे दाखले वास्ते। चन्नी दी गल सुन के सरदार जिवें उलझन च पै गया, उहने तां कोई 80 रुपए नहीं सी दित्ते। हाँ मंगदा उह जरूर सी 40 रुपए, पर जे चारू ने 80 रुपए कितों लए ते ना उहदा लिया तां विचों गल कुछ जरूर है। इस नाल उहदा हौसला वध गया। मैं उहनां 80 दी गल नहीं करदा, उह तां किसी खाते ही नहीं, मैं तां रकम दी गल करदा। जदों तेरा भरा मरिया तां थाणेदार ने केस बनाता सी, मैं 2000 दे के उहदा मत्था डम्मिया, की पता सी उह मेरा रुपया लाउण तों पहलां ही चल वसू। चल कोई ना, तूं उहदा फिकर ना करी, होर लोड़ होई तां होर मंग लई, बस एक गल मन लै मेरी, तैनू किस गल दा घाटा नहीं। सरदार उहदा हथ फड़दा बोलिया। चन्नी दा शरीर कंब गया, उठ के खड़ी हो गई। नहीं गांह वास्ते मैनू हथ ना लाई, चन्नी बाहर वल वधदी बोली। सरदार ने उहनू धक्का दे के मंजे ते सिटता ते कंध नाल लटकदी दुनाली ला ली। बंदूक वेख के जिवें चन्नी दा सार रुक गया होवे, जे बाली अड़ी कीती तां इक्को गोली बथेरी आ। सरदार ने बंदूक उस वल तान ली। मैनू तां अगे ही रब दी मार पई है, मैनू होर दुखी ना कर, मैं तेरियां धीआं अर्गी आ। चन्नी नूं बेवस होई देख के सरदार ने बंदूक दूजे मंजे ते सुट्टी। एवें कमली ना बण, किसी नूं वाह भी नहीं लगनी, बस तेरे कोलों गल ना निकले, तेरे विआह दा भी मैं ही फिक्र करना, होर कौन है करन वाला। सरदार उहनू लालच दे रहा सी। मेरा रिश्ता तां ताई ने पक्का कीता होया, चन्नी रोण लग पई। रिश्ते दी गल सुन के सरदार नूं धक्का लगा, हथ आया शिकार उह इन्नी छेती जान नहीं सी देना चाहुंदा। सरदार नूं चन्नी दे रोण दी कोई परवाह नहीं सी, उहदे सामने अपनी हंकड़बाजी सी जिहदा उह सिर नीवां नहीं सी होण देना चाहुंदा। उहदे सामने अपना 2000 रुपया सी जो उहने चन्नी दे भरा कारण गवाया सी, ते अज उहने अपने 2000 चों कुछ रुपया वसूल लिया ते उहदे चेहरे ते रौनक सी। किसे गरीब दी जिंदगी दा मुल जे सरपंच तों पुआना होवे तां उह शायद 5 रुपए वी ना पावे। सरपंच अपने आप नूं सवारदा मंजे तों उठिया, थां एक खचरी जी मुस्कान उहदे बुल्लां ते आ गई। अपनियां मुच्छां ते उंगलां फेरदिआं उहने खंगूरा मारिआ, हुण तूं जाणा तां जांदी रहि, मैं आपे पिया लूं पाणी मझां नूं, सवेरे आ जाईं। मेरी गल याद रखीं, जे किसी नाल गल कीती जां सवेरे ना आई तां बंदूक दी गोली कढ दूं विच दी ते तेरी लाश पा दूं शिकारी कुत्तिआं नूं। सरदार दी गल सुण के चन्नी दी रहिंदी हिम्मत वी जिवें जवाब दे गई होवे। बुझे मन नाल उठी, घर वल चल पई। घर पहुँच के उहने अपना रो रो बुरा हाल कर लिआ, पर देखण वाला कोई नहीं सी। उहदी नज़र अपनी उंगली 'च पाई मुंदरी वल गई, ਉਹ ਗਿਲਾਨੀ ਨਾਲ ਭਰ ਗਈ। ਉਹਨੂੰ ਮਹਿਸੂਸ ਹੋਇਆ ਜਿਵੇਂ ਤੇਜਾ ਸੁੰਨੀਆਂ ਅੱਖਾਂ ਨਾਲ ਉਸ ਵੱਲ ਵੇਖ ਰਿਹਾ ਹੋਵੇ। ਉਹਨੇ ਸ਼ਰਮ ਨਾਲ ਮੂੰਹ ਦੂਜੇ ਪਾਸੇ ਕਰ ਲਿਆ, ਪਰ ਆਪਣੇ ਮਨ ਤੋਂ ਕਿੱਥੇ ਲੁਕ ਸਕਦੀ ਸੀ। ਯਾਦਾਂ ਦੇ ਵਹਿਣ ਸਮੁੰਦਰਾਂ ਨਾਲੋਂ ਵੀ ਡੂੰਘੇ ਹੁੰਦੇ ਆ। ਚੰਨੀ ਦੇ ਅੱਥਰੂ ਕਦੋਂ ਖੁਸ਼ਕ ਹੋ ਗਏ ਇਸ ਬਾਰੇ ਉਹਨੂੰ ਪਤਾ ਵੀ ਨਾ ਲੱਗਿਆ। ਉਹ ਖਿਆਲਾਂ 'ਚ ਡੁੱਬੀ ਕਿਤੇ ਬਚਪਨ 'ਚ ਫਿਰ ਰਹੀ ਸੀ, ਕਦੇ ਆਪਣੇ ਹੋਣ ਵਾਲੇ ਸਹੁਰੇ ਘਰ, ਕਦੇ ਤੇਜਾ ਉਸ ਨਾਲ ਗੱਲ ਕਰ ਰਿਹਾ ਹੁੰਦਾ, ਕਦੇ ਸ਼ਾਮੋਂ। ਪਰ ਅੱਜ ਉਹਨਾਂ ਦੇ ਖਿਆਲ ਤੋਂ ਵੀ ਸ਼ਰਮ ਮਹਿਸੂਸ ਕਰ ਰਹੀ ਸੀ। ਤੇਜੇ ਦਾ ਮਸੋਸਿਆ ਮੂੰਹ ਦੇਖ ਕੇ ਉਹਦਾ ਕਲੇਜਾ ਮੂੰਹ ਨੂੰ ਆਉਂਦਾ। ਮੁੰਦਰੀ ਵੱਲ ਵੇਖਦੀ ਉਹ ਦੁਬਿਧਾ 'ਚ ਫਸੀ ਰਹੀ। ਕਦੇ ਉਹਦਾ ਦਿਲ ਕਰੇ ਕਿ ਮੁੰਦਰੀ ਨੂੰ ਲਾਹ ਕੇ ਸਿੱਟ ਦੇਵੇ, ਕਦੇ ਦਿਲ ਕਰੇ ਇਸ ਮੁੰਦਰੀ ਨੂੰ ਚੁੰਮ ਚੁੰਮ ਕਮਲੀ ਹੋ ਜਾਏ। ਆਖਿਰ ਤੇਜੇ ਦਾ ਕੀ ਕਸੂਰ ਸੀ, ਅਤੇ ਉਹਨੂੰ ਇਸ ਗੱਲ ਦੀ ਸਮਝ ਨਾ ਲੱਗਦੀ ਵੀ ਕਸੂਰ ਕਿਹਦਾ ਹੈ। ਉਹਨੇ ਭਰੇ ਮਨ ਨਾਲ ਮੁੰਦਰੀ ਨੂੰ ਲਾਹਿਆ ਅਤੇ ਆਲੇ 'ਚ ਰੱਖ ਦਿੱਤਾ। ਅੰਗ 14 ਬਾਬਾ ਕੀ ਗੱਲ, ਅੱਜ ਘੁੱਬਾ ਜਿਹਾ ਹੋਇਆ ਬੈਠਾ, ਟਾਂਡੇ ਭੰਨਾਂ ਦੀ ਬੁੜੀ ਵਾਂਗੂ। ਘੁੱਲੇ ਭਲਵਾਨ ਨੇ ਬਾਬੇ ਮੋਦਨ ਨੂੰ ਸਵਾਲ ਕੀਤਾ। ਨਾ ਹੋਰ ਹੁਣ ਕੀ ਸਾਡੇ 'ਤੇ ਜਵਾਨੀ ਆਉਣੀ ਹੈ, ਦਿਨੋ ਦਿਨ ਸਰੀਰ ਨੇ ਠਾਂ ਨੂੰ ਹੀ ਜਾਣਾ। ਉਹ ਬੰਤੇ ਫੌਜੀ ਨਾਲ ਕਰ ਲਿਆ ਕਰ ਲੈਫਟ ਰਾਈਟ, ਕੁੱਬ ਕੱਬ ਜਿਹਾ ਨੇੜੇ ਨਹੀਂ ਆਉਂਦਾ ਫਿਰ। ਇਹ ਤਾਂ ਭਲਵਾਨਾਂ ਤੂੰ ਹੀ ਕਰ ਸਕਦਾ, ਸਾਡੀ ਤਾਂ ਉਮਰ ਨਹੀਂ ਰਹੀ ਹੁਣ। ਫੌਜੀ ਤਾਂ ਜਾਕੜਿਆ ਖੜਾ ਮਹਾਂ ਦੇ ਆਟੇ ਵਾਂਗੂ, ਕੱਛਾਂ 'ਚ ਹੱਥ ਦੇ ਕੇ। ਫੌਜੀ ਆਹ ਪੂਣੀ ਜੀ ਬਣਾਈ ਫਿਰਦਾ ਹੈ ਖਬਾਰ ਦੀ, ਸੁਣਾ ਦੇ ਕੋਈ ਖਬਰ ਸ਼ਬਰ, ਮਾਘੀ ਨੇ ਬੰਤੇ ਨੂੰ ਚੁੱਪ ਦੇਖ ਕੇ ਕਿਹਾ। ਖਬਰਾਂ ਦਾ ਕੀ ਆ, ਜਿੰਨੀਆਂ ਮਰਜ਼ੀ ਸੁਣ ਲਓ, ਦੱਸ ਕਿਹੋ ਜਿਹੀ ਸੁਣਾਵਾਂ। ਬੰਤੇ ਫੌਜੀ ਨੇ ਅਖਬਾਰ ਖੋਲਦਿਆਂ ਕਿਹਾ, ਸੁਣਾ ਦੇ ਕੋਈ ਚੱਜ ਦੀ। ਚੱਜ ਦੀ ਕਿਹੋ ਜਿਹੀ ਹੁੰਦੀ ਆ, ਫੌਜੀ ਆ ਸੁਣਾ ਦੇ, ਇਹਨੂੰ ਕਿਹਦੀ ਕੁੜੀ ਕਿਹਦੇ ਨਾਲ ਭੱਜ ਗਈ। ਘੁੱਲੇ ਨੇ ਮਖੌਲ ਕੀਤਾ, ਕਿਉਂ ਕਤੀੜੇ ਜਵਾਨ ਗੰਦੀ ਕਰਦਾ। ਮਾਘੀ ਦੀਆਂ ਮੁੱਛਾਂ ਖੁਸ਼ੀ ਨਾਲ ਫਰਕੀਆਂ, ਨਾ ਹੋਰ ਤੂੰ ਕੀ ਵੜੇਵਿਆਂ ਦੇ ਭਾਅ ਪੁੱਛਣੇ ਆ, ਮੈਂ ਤਾਂ ਸੱਚੀ ਗੱਲ ਮੂੰਹ 'ਤੇ ਮਾਰਦਾ, ਭਾਵੇਂ ਅਗਲੇ ਦੇ ਗੋਡੇ ਲੱਗੇ ਜਾਂ ਗਿੱਟੇ।
ਤੇਰੇ ਦਿਲ ਦੀਆਂ ਤਾਂ ਮੇਰੇ ਨੌਵਾਂ 'ਚ ਹੈ, ਜਾਂ ਖਾ ਜਾਂ ਸੌ ਵੱਡੇ ਮਹਾਰਾਜ ਦੀ ਵਿੱਚ ਮੇਰੇ ਚਿੱਤ 'ਚ ਇਹੋ ਜਿਹੀ ਗੱਲ ਨਹੀਂ ਸੀ। ਉਹ ਚੱਲ ਜਾਣ ਦੇ ਭਲਵਾਨਾ, ਖਬਰ ਸੁਣ ਤੂੰ ਹੱਦ ਕਰਤੀ, ਉਹ ਸਾਡੇ ਨਾਲ ਕਿਹੜਾ ਮਿਕਲੂ। ਭਲਵਾਨ ਤਿੜਚਾ ਗਿਆ, 2 ਕਿਲੋ ਲੱਡੂ ਖਾ ਕੇ ਸ਼ਰਤ ਜਿੱਤੀ। ਫੌਜੀ ਬੋਲਿਆ, ਹੈਂ ਉਹ ਕਿੱਥੇ ਗਈ? ਪਟਿਆਲੇ ਦੀ ਖਬਰ ਹੈ, ਦੋ ਦੋਸਤਾਂ ਨੇ ਆਪੋ 'ਚ 2 ਕਿਲੋ ਲੱਡੂਆਂ ਦੀ ਸ਼ਰਤ ਲਾਈ। ਇੱਕ ਆਂਹਦਾ ਮੈਂ 2 ਕਿਲੋ ਖਾ ਜੂੰ, ਦੂਜਾ ਆਂਹਦਾ ਨਹੀਂ ਖਾਧੇ ਜਾਣੇ। ਉਹਨਾਂ ਦੀ ਸ਼ਰਤ ਲੱਗ ਗਈ, 2 ਕਿਲੋ ਲੱਡੂ ਖਾ ਗਿਆ ਲੱਡੂਆਂ ਦੇ ਪੈਸੇ ਅਤੇ ਨਾਲ 50 ਰੁਪਏ ਪਹਿਲਾਂ ਦਊਗਾ, ਅਤੇ ਜੇ ਨਾ ਖਾਧੇ ਗਏ ਇਹੀ ਰਕਮ ਦੂਜੇ ਨੂੰ ਦੇਣੀ ਪਊ। ਅਤੇ ਪਹਿਲੇ ਨੇ 2 ਕਿਲੋ ਲੱਡੂ ਖਾ ਕੇ ਸ਼ਰਤ ਜਿੱਤ ਲਈ। ਫੌਜੀ ਨੇ ਅਖਬਾਰ ਦਾ ਸਾਰ ਪੇਸ਼ ਕੀਤਾ, ਫਿਰ ਤਾਂ ਮੋਕ ਪੈਂਦੀ ਹੋਊ, ਇਹ ਵੀ ਲਿਖਿਆ ਕਿ ਨਹੀਂ? ਉਹ ਲੈ ਮੋਕ ਕੀ ਪੈਣੀ ਆ, 2 ਸੇਰ ਤਾਂ ਚੂਹਾ ਖਾ ਜਾਂਦਾ, ਅਤੇ ਉਹ ਫਿਰ ਬੰਦਾ ਸੀ। ਭਲਵਾਨ ਬੋਲਿਆ, ਚੂਹਾ ਉਹ ਕਿਵੇਂ ਬਈ? ਬਾਬਾ ਮੋਦਨ ਹੈਰਾਨ ਹੋਇਆ, 3-4 ਬੰਦੇ ਹੋਰ ਵੀ ਆ ਜੁੜੇ ਸਾਥ 'ਚ। ਹੋਇਆ ਇਉਂ ਬਈ, ਮੈਂ ਗਿਆ ਰਾਖੀ ਵਾਸਤੇ ਖੇਤਾਂ 'ਚ ਰਾਤ ਵੇਲੇ, ਚੰਦ ਚਾਨਣੀ ਰਾਤ, ਦਿਵਾਲੀ ਵਾਲਾ ਦਿਨ, ਮੈਂ ਦੋ ਸੇਰ ਲੱਡੂ ਲੈ ਗਿਆ ਨਾਲ। ਰਾਤ ਬਰਾਤੇ ਭੁੱਖ ਲੱਗ ਜਾਂਦੀ ਆ ਬੰਦੇ ਨੂੰ, ਅਤੇ ਲੈ ਬਈ ਫੌਜੀਆ, ਰੱਬ ਝੂਠ ਨਾ ਬੁਲਾਏ, ਮੈਂ ਸੋਚਿਆ ਲੱਡੂ ਦਾ ਸਵਾਦ ਤਾਂ ਦੇਖ ਲਈਏ। ਮੈਂ ਅਜੇ ਬੁਰਕੀ ਨਹੀਂ ਸੀ ਭੰਨੀ ਜਦੋਂ ਇੱਕ ਚੂਹਾ ਆ ਗਿਆ ਬਾਹਰ ਖੁੱਡ 'ਚੋਂ। ਮੈਂ ਲੱਡੂ ਚਲਾਵਾਂ ਮਾਰਿਆ ਉਹਨੂੰ ਭਜਾਉਣ ਨੂੰ, ਮੈਂ ਜਾਣਾ ਜਾਂ ਮੇਰਾ ਵਾਹਿਗੁਰੂ, ਹੋਰ ਤੀਜਾ ਬੰਦਾ ਨਾ ਬਈ। ਉਹਨੇ ਮੂੰਹ ਨਾਲ ਹੀ ਜੁੱਪ ਲਿਆ, ਮੈਂ ਤਾਂ ਹੈਰਾਨ ਹੋ ਗਿਆ, ਉਹਨੇ ਬਿੰਦ ਨਾ ਲਾਇਆ ਲੱਡੂ ਮੁਕਾਤਾ। ਮੈਂ ਇੱਕ ਹੋਰ ਸੁੱਟਿਆ, ਉਹਨੇ ਉਹ ਵੀ ਖਾ ਲਿਆ, ਅਤੇ ਬਸ ਫਿਰ ਬਾਬਾ ਚੰਦ ਚਾਨਣੀ ਰਾਤ ਦੇ ਦਿਵਾਲੀ ਵਾਲਾ ਦਿਨ, ਮੈਂ ਜਾਣਾ ਜਾਂ ਮੇਰਾ ਵਾਹਿਗੁਰੂ ਜਾਣੇ, ਬਈ ਮੈਂ ਸਿੱਟੀ ਜਾਵਾਂ, ਚੂਹਾ ਖਾਈ ਜਾਵੇ, ਚੂਹਾ ਖਾਈ ਜਾਵੇ, ਮੈਂ ਸਿੱਟੀ ਜਾਵਾਂ। ਅਤੇ ਪਤਾ ਉਦੋਂ ਹੀ ਲੱਗਿਆ ਜਦੋਂ 2 ਸੇਰ ਦੇ 2 ਸੇਰ ਹੀ ਲੱਡੂ ਮੁੱਕ ਗਏ। ਇਉਂ ਤਾਂ ਹੋਈ ਮੇਰੇ ਨਾਲ ਕੇਰਾ, ਉਹ ਚੂਹਾ ਕਾਹਦਾ, ਪ੍ਰੇਤ ਹੋਊ ਕੋਈ। ਬਾਬੇ ਮੋਦਨ ਨੇ ਸੱਚ ਮੰਨਦਿਆਂ ਕਿਹਾ, ਉਹ ਸ਼ੁਕਰ ਕਰੋ ਉਹਨੇ ਭਲਵਾਨ ਨੂੰ ਛੱਡਤਾ। ਫੌਜੀ ਨੇ ਟਕੋਰ ਮਾਰੀ, ਲੈ ਤੂੰ ਸੱਚ ਨਹੀਂ ਮੰਨਦਾ? ਬਾਬਾ ਪਹਿਲਾਂ ਇਹਨੂੰ ਪੁੱਛ ਬਈ ਦਿਵਾਲੀ ਵਾਲੀ ਰਾਤ ਨੂੰ ਚੰਦ ਕਿਹਨੇ ਦੇਖਿਆ। ਇੱਥੋਂ ਹੀ ਪਤਾ ਲੱਗਦਾ ਚੂਹੇ ਨੇ ਕੈ ਸੇਰ ਲੱਡੂ ਖਾਧੇ ਆ। ਚੰਦ ਨਾ ਹੋਊ ਤਾਂ ਊਂ ਤਾਂ ਚਾਨਣ ਸੀਗਾ ਪਿੰਡ 'ਚ, ਕਿੰਨੀ ਮੰਡੀਰ ਫੁੱਲਝੜੀਆਂ ਚਲਾਉਂਦੀ ਹੈ। ਉੱਤੇ ਪਿੰਡ 'ਚ ਚੱਲੀਆਂ ਫੁੱਲਝੜੀਆਂ ਦਾ ਚਾਨਣ ਖੇਤਾਂ 'ਚ ਪਹੁੰਚ ਗਿਆ। ਉਹ ਤੈਨੂੰ ਤਾਂ ਆਦਤ ਹੈ ਐਵੇਂ ਮੈਂ ਨਾ ਮਾਨੂੰ ਕਰਨ ਦੀ, ਜਿਹਦੇ ਨਾਲ ਬੀਤਦੀਆਂ ਉਹਨੂੰ ਹੀ ਪਤਾ ਲੱਗਦਾ। ਘੁੱਲੇ ਨੂੰ ਕੋਈ ਗੱਲ ਨਹੀਂ ਸੀ ਔੜਰੇ, ਚੱਲ ਛੱਡ ਭਲਵਾਨਾ, ਹੋਰ ਖਬਰ ਸੁਣ ਤੂੰ, ਚੱਲ ਸੁਣਾ ਬਈ ਕੋਈ। ਬਾਬੇ ਮੋਦਨ ਨੇ ਕਿਹਾ, ਪੁਲਿਸ ਮੁਕਾਬਲੇ 'ਚ 3 ਮਰੇ, ਇਹ ਤਾਂ ਪੁਰਾਣੀ ਖਬਰ ਚੱਕੀ ਫਿਰਦਾ। ਉਹ ਪੁਰਾਣੀ ਕਿਉਂ, ਅੱਜ ਦੀ ਹੈ, ਊਂ ਇਹ ਖਬਰ ਤਾਂ ਸਮਝੋ ਰੋਜ਼ ਹੀ ਆਉਂਦੀ ਹੈ। ਮੈਥੋਂ ਪੁੱਛ ਲਾ, ਕਹਾਣੀ ਵੀ ਵਿੱਚੋਂ ਉਹੀ ਹੋਊ। ਘੁੱਲਾ ਪੱਟ 'ਤੇ ਹੱਥ ਮਾਰਦਾ ਬੋਲਿਆ, ਟਰੱਕ 'ਚ ਸਵਾਰ 3 ਬੰਦਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਉਹਨਾਂ ਨੇ ਅੱਗੋਂ ਗੋਲੀ ਚਲਾਤੀ, ਜਵਾਬ 'ਚ ਪੁਲਿਸ ਨੇ ਗੋਲੀ ਚਲਾਈ ਅਤੇ ਉਹ 3 ਹੀ ਮਰ ਗਏ। ਇਹ ਕੀ ਗੱਲ ਹੋਈ ਬਈ? ਜਿਹੜੇ ਸੜਕ 'ਤੇ ਖੜ੍ਹੇ ਸੀ ਉਹਨਾਂ 'ਚੋਂ ਕੋਈ ਨਹੀਂ ਮਰਿਆ, ਅਤੇ ਜਿਹੜੇ ਟਰੱਕ ਦੇ ਅੰਦਰ ਸੀਗੇ ਉਹ ਸਾਰੇ ਮਰ ਗਏ। ਉਹ ਨਾ ਪੰਗੇ ਲੈਣ ਪੁਲਿਸ ਨਾਲ, ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਮਰਨਾ ਤਾਂ ਹੋਇਆ ਹੀ, ਅਤੇ ਉਹਨਾਂ ਨੇ ਕਿਹੜਾ ਟਰੱਕ 'ਚੋਂ ਫੁੱਲ ਸਿੱਟੇ ਸੀ, ਉਹਨਾਂ ਨੇ ਵੀ ਤਾਂ ਗੋਲੀ ਚਲਾਈ ਸੀ, ਊਂ ਤਾਂ ਆਉਂਦੇ ਉਹਨਾਂ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ। ਬਾਬਾ ਇਹ ਜਿਹੜੀਆਂ ਰੋਜ਼ ਮੁਕਾਬਲੇ ਦੀਆਂ ਖਬਰਾਂ ਆਉਂਦੀਆਂ ਨਾ, ਇਹ ਸਾਰੀਆਂ ਝੂਠ ਹੈ। ਪੁਲਿਸ ਵਾਲੇ ਪਹਿਲਾਂ ਫੜ ਕੇ ਮਾਰ ਦਿੰਦੇ ਆ, ਫਿਰ ਮੁਕਾਬਲੇ ਦੀ ਕਹਾਣੀ ਖਬਰਾਂ 'ਚ ਛਪਾ ਦਿੰਦੇ ਆ। ਜਦੋਂ ਸਹੀ ਮੁਕਾਬਲਾ ਹੁੰਦਾ ਉਦੋਂ ਪਤਾ ਲੱਗਦਾ ਮੁਕਾਬਲੇ ਦਾ। ਅੱਗੇ ਤੁਹਾਨੂੰ ਸੁਣਾਈ ਸੀ ਖਬਰ ਚੰਡੀਗੜ੍ਹ ਦੀ, ਵੀ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਵੀ ਇੱਕ ਘਰ 'ਚ ਬੰਦੇ ਲੁਕੇ ਹੋਏ ਆ। ਇੱਕ ਥਾਣੇਦਾਰ ਨੇ ਸੋਚਿਆ, ਚਲੋ ਅੱਜ ਮੌਕਾ ਮਿਲਿਆ, ਫੀਤੀ ਲਵਾਉਣ ਦਾ, ਫੜ ਕੇ ਕਰੀਏ ਗੌਰਮੈਂਟ ਦੇ ਹਵਾਲੇ। ਅਤੇ ਜਦੋਂ ਗਏ ਫੜਨ, ਉੱਥੇ ਹੋ ਗਿਆ ਮੁਕਾਬਲਾ। ਅਗਲਿਆਂ ਨੇ 2 ਬੰਦੇ ਭੁੰਨਤੇ ਪੁਲਿਸ ਦੇ, ਅਤੇ ਫਿਰ ਵੀ ਹੱਥ ਨਹੀਂ ਆਏ। ਵਿੱਚੋਂ ਹੀ ਉਹ ਥਾਣੇਦਾਰ ਰਗੜਤਾ, ਜਿਹੜਾ ਆਪਣੇ ਆਪ ਨੂੰ ਨਾਢੂ ਖਾਂ ਸਮਝਦਾ ਸੀ, ਤੂੰ ਤਾਂ ਲਵਾ ਲਈ ਫੀਤੀ, ਉਹ ਫੌਜੀਆ ਇਹ ਛੋਰ ਜੇ ਆਉਂਦੇ ਕੀ ਹੈ, ਰੋਜ਼ ਹੀ ਮਾਰ ਦਿੰਦੇ ਆ ਕਿਤੇ ਨਾ ਕਿਤੇ। ਬਾਬਾ ਮੋਦਨ ਬੋਲਿਆ, ਬਾਬਾ ਆਖਣਾ ਕੀ ਆ, ਸਾਡੇ ਲੀਡਰਾਂ ਨੇ ਮਿੱਟੀ ਪੱਟਤੀ ਕੌਮ ਦੀ, ਗੱਦੀਆਂ ਪਿੱਛੇ ਛਿੱਤਰੋ ਛਿੱਤਰੀ ਹੋਈ ਜਾਂਦੇ ਆ, ਅਤੇ ਗੱਭਰੂਆਂ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ। ਆਹ ਦੇਖ ਲਓ, ਰੋਜ਼ ਧਾਹਾਂ ਮਾਰ ਕੇ ਰੋਂਦਾ ਬਈ ਮੈਨੂੰ ਗੱਦੀ ਦਿਓ, ਬੰਦੇ ਭਾਵੇਂ ਸਾਰੇ ਮਰ ਜਾਣ। ਕਿਹੜਾ ਬਈ ਭਲਵਾਨਾ, ਕਿਉਂ ਮੈਥੋਂ ਇਸ ਦੁਸ਼ਟ ਦਾ ਨਾਂ ਸੁਣਦਾ? ਕਾਲ ਤਖਤ ਨੇ ਉਹਨੂੰ ਪੰਥ 'ਚੋਂ ਛੇਕਤਾ, ਆਪਾਂ ਨਾਂ ਵੀ ਕਾਹਨੂੰ ਲਈਏ ਉਹਦਾ? ਨਾ ਤੂੰ ਕਿਹੜਾ 3 ਫੁੱਟੀ ਪਾਈ ਫਿਰਦਾ ਜਿਹੜਾ ਉਹਦਾ ਨਾਂ ਲੈ ਕੇ ਪਿੱਟਿਆ ਜਾਏਗਾ, ਵੱਡਾ ਗੁਰੂ ਦਾ ਸਿੰਘ। ਉਹ ਗੁਰੂ ਦਾ ਸਿੰਘ ਤਾਂ ਨਾਂ ਸਹੀ, ਤੇਰੇ ਵਾਂਗ ਮੂੰਹ ਤਾਂ ਨਹੀਂ ਕਤਰੀ ਫਿਰਦਾ। ਚੱਲ ਛੱਡ ਭਲਵਾਨਾ, ਤੂੰ ਸੁਣਾਉਣ ਦੇ ਗੱਲ ਫੌਜੀ ਨੂੰ। ਮਾਘੀ ਗੱਲ ਨੂੰ ਟੁੱਟਣ ਨਹੀਂ ਸੀ ਦੇਣੀ ਚਾਹੁੰਦਾ ਫੌਜੀਆ, ਤਾਂ ਫਿਰ ਚੰਗਾ ਲੀਡਰ ਕਿਹੜਾ ਹੋਇਆ? ਬਾਬਾ ਰੱਬ ਦਾ ਨਾਂ ਹੀ ਚੰਗਾ, ਸਾਰੇ ਕੁਰਸੀਆਂ ਪਿੱਛੇ ਲੜਦੇ ਆ। ਜਿਹਨੂੰ ਕੁਰਸੀ ਮਿਲ ਜਾਂਦੀ ਹੈ ਉਹ ਆਉਂਦਾ ਬਸ ਦੁਨੀਆ ਭਾਵੇਂ ਇੱਧਰੋਂ ਉੱਧਰ ਹੋ ਜਾਏ, ਪਰ ਮੇਰੀ ਕੁਰਸੀ ਨਾ ਖੁੱਸੇ। ਪ੍ਰਧਾਨ ਮੰਤਰੀ ਦੇ ਪੈਰ ਚੁੰਮਦੇ ਰਹੇ ਕੁਰਸੀ ਪਿੱਛੇ, ਅਤੇ ਉਹਨੇ ਫਿਰ ਮੂਧੇ ਮਾਰਤੇ। ਮੈਂ ਹੋਰੂ ਆਨਾ,
ਇਹ ਪ੍ਰਧਾਨ ਮੰਤਰੀ ਦੇ ਪੈਰਾਂ 'ਚ ਹੀ ਪਏ ਰਹਿਣ, ਜੀਭਾਂ ਨਾ ਜੀਭ ਨਾਲ ਧੋਈ ਜਾਣ ਪੈਰ ਉਹਦੇ, ਕੀ ਪਤਾ ਮਨ ਮਿਹਰ ਪੈ ਜਾਏ। ਨਾਲੇ ਵੋਟਾਂ ਸਾਡੇ ਕੋਲੋਂ ਮੰਗਣ ਆਉਂਦੇ ਆ ਅਤੇ ਫਿਰ ਪ੍ਰਧਾਨ ਮੰਤਰੀ ਦੀ ਪੂਜਾ ਕਿਉਂ ਕਰਦੇ? ਭਲਵਾਨਾ, ਵੋਟਾਂ ਦਾ ਤਾਂ ਡਰਾਮਾ ਹੀ ਹੈ, ਐਵੇਂ ਨਾ ਹੀ ਹੈ ਲੋਕ ਰਾਜ। ਆਪਣੀ ਹੈ ਕੋਈ ਪੁੱਛ ਪ੍ਰਤੀਤ ਇੱਥੇ? ਜਿਹਨੂੰ ਦਿਲ ਕੀਤਾ ਮਾਰ ਦੇਣ, ਜਿਹਨੂੰ ਦਿਲ ਕੀਤਾ ਫੜ ਲੈਣ, ਵਾੜੀ ਖੇਤ ਨੂੰ ਖਾਣ ਲੱਗ ਪਈ। ਆ ਸੋਹਣੇ ਕਮਿੰਦਰ ਨੂੰ ਫੇਰ ਲੈ ਕੇ ਫੜ ਕੇ, ਨੌਜਵਾਨ ਮੱਖਣ ਬੋਲੇ, ਕਦੋਂ ਬਈ? ਉਹ ਅੱਜ ਹੀ ਲੈ ਕੇ ਗਏ ਆ, ਜੀ ਭਾਈ ਸੀ। ਬਾਬਾ, ਹੁਣ ਤੂੰ ਆਪ ਹੀ ਦੇਖ ਲਾ, ਪਹਿਲਾਂ ਪੁਲਿਸ ਲੈ ਗਈ ਸੀ ਫੜ ਕੇ, ਆਖੇ ਤੁਹਾਡਾ ਮੁੰਡਾ ਸਰਕਾਰ ਦੇ ਉਲਟ ਬੋਲਦਾ। ਥਾਣੇਦਾਰ ਨੇ 5,000 ਲਿਆ ਛੱਡਣ ਦਾ, 10 ਦਿਨਾਂ ਮਗਰੋਂ ਫੇਰ ਲੈ ਗਏ, 7,000 ਫੇਰ ਲਿਆ। ਭਲਾ ਦੱਸੋ, ਜਦੋਂ ਥਾਣੇਦਾਰ ਦੀ ਜੇਬ 'ਚ ਪੈਸੇ ਚਲੇ ਜਾਂਦੇ ਆ ਉਦੋਂ ਦਾ ਕਸੂਰ ਮੁੱਕ ਜਾਂਦਾ? ਹੁਣ ਫੇਰ ਹੱਡ ਭਾਲਦੇ ਹੋਣਗੇ। ਗਰੀਬ ਆਦਮੀ ਕਿੰਨੀ ਕੁ ਵਾਰੀ ਨੋਟ ਕੱਢ ਕੱਢ ਫੜਾਈ ਜਾਊ, ਜੇ ਨੋਟ ਨਾ ਮਿਲੇ ਤਾਂ ਉਹਦੇ 'ਤੇ ਕੋਈ ਕੇਸ ਪਾ ਦੇਣਗੇ। ਤੂੰ ਹੁਣ ਆਪ ਹੀ ਦੱਸ ਬਾਬਾ, ਬਈ ਉਹ ਬਾਹਰ ਆ ਕੇ ਹਥਿਆਰ ਨਾ ਚੱਕੂ ਤਾਂ ਹੋਰ ਕੀ ਕਰੋ? ਇਹ ਤਾਂ ਤੇਰੀ ਗੱਲ 16 ਨੇ ਸਹੀ ਆ, ਡਾਕੂ ਹੀ ਬਣੂ, ਜਿਵੇਂ ਕੱਲ੍ਹ ਲੰਬੜਾਂ ਕੇ ਮੂਰਤਾਂ ਵਾਲਾ ਰੇਡੂਆ ਦਿਖਾਉਂਦਾ ਸੀ। ਬਈ ਕਮਾਲ ਕਰਤੀ ਬਣਾਉਣ ਵਾਲੇ ਨੇ, ਆ ਤਾਂ ਹੁੰਦਾ ਤਾਂ ਰੇਡੀਓ ਹੀ ਆ, ਫਿਰ ਮੂਰਤਾਂ ਭਰ ਦਿੰਦੇ ਆ। ਭਲਵਾਨ ਬੋਲਿਆ, ਮੂਰਤਾਂ ਦੀ ਵੀ ਬੈਟਰੀ ਹੁੰਦੀ ਹੋ, ਮਾਘੀ ਨੇ ਹੋਰ ਜਾਣਕਾਰੀ ਲੈਣੀ ਚਾਹੀ, ਤੂੰ ਹੋਰ ਕਿਤੇ ਨਹੀਂ, ਪੂਰਾ ਵਰ੍ਹਾ ਚੱਲ ਜਾਂਦੀ ਹੈ ਫਿਰ ਭਰਾ ਕੇ ਲਿਆਉਂਦੇ ਆ। ਲੈ ਸੁਣ ਲਓ ਗੱਲ, ਫੌਜੀ ਹੱਸਿਆ, ਨੌ ਮੰਨ ਤੂੰ, ਮੈਨੂੰ ਲੰਬੜ ਨੇ ਆਪ ਦੱਸਿਆ, ਆਂਦਾ ਸਾਲ ਮਗਰੋਂ ਕਚਹਿਰੀ ਧੱਕੇ ਖਾਣੇ ਪੈਣਗੇ ਬੈਟਰੀ ਭਰਾਉਣ ਨੂੰ। ਨਾ ਕਚਹਿਰੀਆਂ 'ਚ ਕਿਤੇ ਕਾਰਖਾਨਾ ਲੱਗਿਆ, ਇਹ ਤਾਂ ਰੇਡੀਓ ਅੰਗੂ ਜਲੰਧਰੋਂ ਬੋਲਦਾ ਅਤੇ ਆਪਾਂ ਨੂੰ ਦਿਸਦਾ। ਹਾ 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 ਹਾ, ਕਰ ਲਓ ਘਿਓ ਨੂੰ ਭਾਂਡਾ, ਭਲਾ ਜਲੰਧਰੋਂ ਫੋਟੋ ਇੱਥੇ ਉੱਡ ਕੇ ਆ ਜਾਂਦੀ ਹੈ? ਤੂੰ ਵੀ ਤਾਂ ਕਈ ਵਾਰੀ ਗੱਲ ਕਰਕੇ ਗੰਢੇ ਹੀ ਗਾਲ ਦਿੰਦਾ। ਉਹ ਜਾ ਪੁੱਛਿਆ ਤੂੰ ਲੰਬੜਾਂ ਦੀ ਛੋਟੀ ਨੂੰਹ ਤੋਂ, ਉਹ ਜਿਹੜੀ ਲੈ ਕੇ ਆਈ ਆ ਟੈਲੀਵਿਜ਼ਨ, ਆਉਂਦੇ ਆ ਇਹਨੂੰ? ਮੈਂ ਕਿਹਾ ਲਾਲ ਸ਼ਰਤ ਤੂੰ ਮੇਰੇ ਨਾਲ, ਘੁੱਲਾ ਪੱਟਾਂ 'ਤੇ ਹੱਥ ਮਾਰਦਾ ਬੋਲਿਆ, ਚੱਲ ਨਾਲੇ ਮੂਰਤਾਂ ਦੇਖਾਂਗੇ ਨੱਚਦੀਆਂ। ਆਥਣ ਤੋਂ ਪਹਿਲਾਂ ਤਾਂ ਲਾਉਂਦੇ ਹੀ ਨਹੀਂ ਉਹ, ਆਂਦੇ ਟੇਸ਼ਨ ਨਹੀਂ ਖੁੱਲਿਆ। ਮੱਖਣ ਬੋਲਿਆ, ਲਾਉਣ ਨੂੰ ਕੀ ਆ, ਕੰਨ ਜਿਹਾ ਹੀ ਮਰੋੜਨਾ ਹੁੰਦਾ, ਊਂ ਜਾਣ ਕੇ ਨਹੀਂ ਲਾਉਂਦੇ ਵੀ ਮੰਡੀਰ ਰੌਲਾ ਪਾਉਂਦੀ ਆ। ਕੱਲ੍ਹ ਦੇਖ ਲਾ ਸਾਰਾ ਵਿਹੜਾ ਵਿਹੜਾ ਕੀ ਬੀਹੀ ਵੀ ਭਰੀ ਪਈ ਸੀ। ਹੈ ਤਾਂ ਇਹ ਕੁੱਤਖਾਨਾ ਹੀ, ਸਾਰਿਆਂ ਦੇ ਸਾਹਮਣੇ ਹੇਠ ਉੱਤੇ ਹੋਈ ਜਾਂਦੇ ਆ, ਭੋਰਾ ਨਹੀਂ ਸੰਗਦੇ। ਬਾਬਾ ਮੂਰਤਾਂ ਹੁੰਦੀਆਂ ਉਹ ਤਾਂ, ਉਹਨਾਂ ਨੂੰ ਕਾਹਦੀ ਸੰਗ। ਧੰਨਵਾਦ, ਚੱਲਦਾ।